ਪੰਜਾਬ ਦਾ ਇੱਕ ਜਿਹਾ ਮਾਮਲਾ ਜਿਸ ਦੇ ਉੱਤੇ ਸਭ ਦੀਆਂ ਉਦੋਂ ਨਜ਼ਰਾਂ ਟਿਕੀਆਂ ਸਨ ਕਿਉਂਕਿ ਪੁਲਿਸ ਦੀ ਮਿਲੀਭੁਗਤ ਪੁਲਿਸ ਦੇ ਵਿੱਚ ਵੀ ਇੱਕ ਸਬ ਇੰਸਪੈਕਟਰ ਦੀ ਮਿਲੀਭੁਗਤ ਸਾਹਮਣੇ ਆਈ ਸੀ ਸੀਆਈਏ ਇਨਚਾਰਜ ਸੀ ਜਿਹੜਾ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਇਸ ਨਾਮ ਤੋਂ ਤੁਸੀਂ ਸਾਰੇ ਵਾਕਫ ਹੋਵੋਗੇ ਜਦੋਂ ਮਾਨਸਾ ਦੇ ਅੰਦਰ ਇੱਕ ਫਰਾਰੀ ਹੋਈ ਸੀ ਗੈਂਗਸਟਰ ਦੀਪਕ ਟੀਨੂ ਦੀ ਜਿਹੜਾ ਕੀ ਲਾਰਸ ਬਿਸ਼ਨੋਈ ਦਾ ਵੀ ਖਾਸਮ ਖਾਸ ਮੰਨਿਆ ਜਾਂਦਾ ਹੈ ਦੀਪਕ ਤਿੰਨੂ ਵੀ ਸਿੱਧੂ ਮੂਸੇ ਵਾਲੇ ਕੇਸ ਦੇ ਵਿੱਚ ਨਾਮਜ਼ਦ ਆ ਔਰ ਉਸ ਮਾਮਲੇ ਦੇ ਵਿੱਚ ਉਹ ਆਪਣੀ ਇੱਕ ਗਰਲਫ੍ਰੈਂਡ ਦੇ ਨਾਲ ਫਰਾਰ ਹੋ ਜਾਂਦਾ ਔਰ ਕੁਝ ਦਿਨਾਂ ਬਾਅਦ ਰਾਜਸਥਾਨ ਤੋਂ ਉਸ ਨੂੰ ਫਿਰ ਕਾਬੂ ਕੀਤਾ ਗਿਆ ਔਰ ਪ੍ਰਿਤਪਾਲ ਸਾਹਿਬ ਇਨਸਪੈਕਟਰ ਤੇ ਦੋਸ਼ੇ ਵੀ ਲੱਗੇ ਸਨ ਇਸ ਕਰਕੇ ਉਸ ਨੂੰ ਸਸਪੈਂਡ ਕੀਤਾ ਗਿਆ ਗ੍ਰਿਫਤਾਰੀ ਹੋਈ ਤੇ ਹੁਣ ਤਾਜੀ ਅਪਡੇਟ ਇਹ ਹੈ ਕਿ 25 ਜਨਵਰੀ ਤੱਕ ਉਸ ਨੂੰ ਜ਼ਮਾਨਤ ਮਿਲ ਗਈ ਹੈ ਹਾਲਾਂਕਿ ਜ਼ਮਾਨਤ ਮੁਕੰਮਲ ਰੂਪ ਚ ਨਹੀਂ ਹੈ 25 ਜਨਵਰੀ ਤੱਕ ਫਿਲਹਾਲ ਦੀ ਘੜੀ ਜ਼ਮਾਨਤ ਮਿਲੀ ਹੈ ਕੋਈ ਵੀ ਮੁਲਜ਼ਮ ਹੋਵੇ ਕਿਸੇ ਨੇ ਵੀ ਕੋਈ ਵੀ ਗੁਨਾਹ ਕੀਤਾ ਹੋਵੇ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਜ਼ਮਾਨਤ ਕੁਝ ਦਿਨਾਂ ਦੀ ਜਾਂ ਲੰਮੇ ਸਮੇਂ ਦੀ ਲਈ ਜਾਂ ਪੱਕੀ ਜ਼ਮਾਨਤ ਮਿਲ ਜਾਂਦੀ ਹੈ ਪਰ ਇਸ ਮਾਮਲੇ ਦੇ ਵਿੱਚ ਪ੍ਰਿਤਪਾਲ ਥਾਣੇਦਾਰ ਨੂੰ ਸਬ ਇੰਸਪੈਕਟਰ ਨੂੰ ਜ਼ਮਾਨਤ ਜਿਹੜੀ 25 ਜਨਵਰੀ ਤੱਕ ਮਿਲੀ ਹੈ ਸਭ ਨੂੰ ਯਾਦ ਹੋਣਾ ਦੀਪਕ ਤਿੰਨ ਨੂੰ ਜਦੋਂ ਫਰਾਰ ਹੋਇਆ ਔਰ ਕਿਵੇਂ ਉਸ ਨੂੰ ਆਪਣੀ ਪ੍ਰਾਈਵੇਟ ਗੱਡੀ ਦੇ ਵਿੱਚ ਬਿਠਾ ਕੇ ਲਿਆਂਦਾ ਗਿਆ ਉਸ ਦੇ ਵਿੱਚ ਲਈ ਕੱਪੜਿਆਂ ਦਾ ਪ੍ਰਬੰਧ ਕਿਵੇਂ ਕੀਤਾ ਗਿਆ ਔਰ ਉਸ ਦੇ ਨਾਲ ਇੱਕ ਔੜੀ ਵੀ ਸੀ ਜਿਹੜੀ ਉਸਦੀ গারਲਫ੍ਰੈਂਡ ਦੱਸੀ ਗਈ ਉਸਦੇ ਨਾਲ ਉਸ ਨੂੰ ਭਜਾ ਦਿੱਤਾ ਗਿਆ ਬਾਅਦ ਵਿੱਚ ਉਸਦੀ ਵੀ ਗ੍ਰਿਫਤਾਰੀ ਹੁੰਦੀ ਹੈ ਇਸੇ ਤਰ੍ਹਾਂ ਕਈ ਬੰਦੇ ਇਸ ਕੇਸ ਦੇ ਵਿੱਚ ਜੁੜੇ ਹੋਏ ਸਨ ਪਰ ਇੱਕ ਪੁਲਿਸ ਦੇ ਉੱਤੇ ਸਵਾਲ ਇਸ ਕਰਕੇ ਵੱਡੇ ਖੜੇ ਹੋ ਗਏ ਸਨ ਕਿ ਜਿਨ੍ਹਾਂ ਨੇ ਰਾਖੀ ਕਰਨੀ ਹੈ ਕਾਨੂੰਨ ਦੀ ਉਹ ਹੀ ਕਾਨੂੰਨ ਤੋੜਨ ਵਾਲਿਆਂ ਦਾ ਸਾਥ ਦੇ ਰਹੇ ਨੇ ਔਰ ਕਿਵੇਂ ਪੱਬਾਂ ਕਲੱਬਾਂ ਦੇ ਵਿੱਚ ਚੰਡੀਗੜ੍ਹ ਆ ਕੇ ਪ੍ਰਿਤਪਾਲ ਜਿਹੜਾ ਸਿੰਘ ਸੀ ਜਿਹੜਾ ਥਾਣੇਦਾਰ ਸਬ ਇੰਸਪੈਕਟਰ ਉਹ ਰਹਿੰਦਾ ਰਿਹਾ ਔਰ ਜਿਹੜੇ ਦੀਪਕ ਟੀਨੂ ਦੇ ਸਾਥੀ ਨੇ ਐਸ਼ ਕਰਾਈ ਉਹ ਵੀ ਚੰਡੀਗੜ੍ਹ ਨਾਲ ਸੰਬੰਧਅ ਸੀ ਉਸ ਤੋਂ ਵੀ ਪੁੱਛਗਿੱਛ ਹੋਈ ਜਦੋਂ ਉਸ ਨੂੰ ਕਾਬੂ ਕੀਤਾ ਤਾਂ ਉਸ ਨੇ ਸਾਰੀਆਂ ਗੱਲਾਂ ਦੱਸ ਦਿੱਤੀਆਂ ਕਿ ਕਿਵੇਂ ਕਿਵੇਂ ਕਿਸ ਦੇ ਕਹਿਣ ਦੇ ਉੱਤੇ ਕਿੰਨੀ ਐਸ਼ ਕਰਾਈ ਗਈ ਤਾਂ ਉਸੇ ਹੀ ਸਬ ਇੰਸਪੈਕਟਰ ਨੂੰ ਹੁਣ ਜ਼ਮਾਨਤ ਮਿਲੀ ਹੈ 25 ਜਨਵਰੀ ਤੱਕ ਪੁਲਿਸ ਕਸਟਡੀ ਤੋਂ ਭੱਜਿਆ ਸੀ ਮੂਸੇਵਾਲਾ ਮਰਡਰ ਦਾ ਜਿਹੜਾ ਮਲਜ਼ਮ ਸੀ ਦੀਪਕ ਟੀਨੂ ਦੀਪਕ ਟੀਨੂ ਦੇ ਵੱਜਨ ਵਾਲੇ ਮਾਮਲੇ ਦੇ ਵਿੱਚ ਸਬ ਇਨਸਪੈਕਟਰ ਫਿਲਹਾਲ ਰਿਹਾ ਹੋਇਆ 25 ਜਨਵਰੀ ਤੱਕ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਕਤਲ ਮਾਮਲਾ ਹਾਲਾਂਕਿ ਉਸ ਦੇ ਪਿਤਾ ਨੇ ਹਾਲੇ ਹਾਲ ਦੀ ਘੜੀ ਵਿੱਚ ਹੀ ਬਿਆਨ ਦਿੱਤਾ ਹੈ ਕਿ ਕਿੰਨੇ ਹੀ ਦਿਨ ਬੀਤ ਗਏ ਨੇ 536 ਦੇ ਦਿਨ ਕਰੀਬ ਉਹ ਦਿਨ ਇੱਕ ਇੱਕ ਕਰਕੇ ਗਿਣਦੇ ਨੇ ਇਸੇ ਕਰਕੇ ਉਹ ਗਵੇਰਵਾ ਪਾਉਂਦੇ ਆ ਨਾਲ ਕਿ ਬੀਤਣ ਤੋਂ ਬਾਅਦ ਵੀ ਹਾਲੇ ਇਨਸਾਫ ਦੇ ਘਰ ਦੂਰ ਨੇ ਉਹਨਾਂ ਨੇ ਇੱਥੋਂ ਤੱਕ ਮੰਗ ਕੀਤੀ ਹੈ ਕਿ ਜੇਲ੍ਹ ਅਧਿਕਾਰੀ ਦੀਆਂ ਜਾਂਚ ਵੀ ਹੋਣੀ ਚਾਹੀਦੀ ਹੈ ਕਿਉਂਕਿ ਹੋ ਸਕਦਾ ਹੈ ਲਾਰੈਂਸ ਬਿਸ਼ਨੋਈ ਜਦੋਂ ਜੇਲ੍ਹ 'ਚ ਦਿੱਲੀ ਬਾਂਸੀ ਤੇ ਉਦੋਂ ਉਸਨੇ ਫਰੋਤੀ ਦੇ ਕੇ ਸੁਵਿਧਾਵਾਂ ਸਹੂਲਤਾ ਲਈਆਂ ਹੁਣ ਜੇਲ੍ਹ ਦੇ ਅੰਦਰ ਜਿਸ ਕਰਕੇ ਉਹ ਵਿਉਂਤ ਬਣਾ ਸਕਿਆ ਮੇਰੇ ਪੁੱਤਰ ਦੇ ਕਤਲ ਕਰਨ ਦੀ ਯੋਜਨਾ ਬਣੀ ਉਸ ਵਿੱਚ ਕਾਮਯਾਬ ਸ਼ਾਇਦ ਤਾਂ ਹੋਇਆ ਹੋਵੇ ਇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਔਰ ਦੂਜੇ ਪਾਸੇ ਏ ਉਹੀ ਪ੍ਰਤਪਾਲ ਸਬ ਇੰਸਪੈਕਟਰ ਹੈ ਜਿਸਨੇ ਲਾਰੈਂਸ ਬਿਸ਼ਨੋਈ ਦੇ ਖਾਸਮ ਖਾਸ ਗੈਂਗਸਟਰ ਜਿਹੜਾ ਕਿ ਭੱਜ ਗਿਆ ਸੀ ਉਸ ਤੋਂ ਬਾਅਦ ਮੀਡੀਆ ਸੁਰਖੀਆਂ ਬਣੀਆਂ ਕਾਫੀ ਉਦੋਂ ਵੀ ਪੁਲਿਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਔਰ ਬਾਅਦ ਦੇ ਵਿੱਚ ਇਸ ਸਬ ਇੰਸਪੈਕਟਰ ਤੇ ਵੀ ਕਾਰਵਾਈ ਕਰਨ ਲਈ ਪੁਲਿਸ ਨੂੰ ਮਜਬੂਰ ਹੋਣਾ ਪਿਆ ਕਿਉਂਕਿ ਦਬਾਅ ਇੰਨਾ ਬਣ ਗਿਆ ਸੀ ਪ੍ਰਿਤਪਾਲ ਸਿੰਘ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦ ਸੀ ਇੱਥੇ ਦੱਸਣਾ ਬਣਦਾ ਹੈ ਕਿ ਮਾਨਸਾ ਦੇ ਸੀਆਈਏ ਸਟਾਫ ਤੋਂ ਗੈਂਗਸਟਰ ਦੀਪਕ ਟਿੰਨ ਨੂੰ 31 ਅਗਸਤ ਦੀ ਰਾਤ ਨੂੰ ਮਾਨਸਾ ਤੋਂ ਭੱਜਣ 'ਚ ਕਾਮਯਾਬ ਹੋ ਗਿਆ ਸੀ ਇਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਨੇ ਮਾਨਸਾ ਦੇ ਸਾਬਕਾ ਸੀਆਈਏ ਇਨਚਾਰਜ ਪ੍ਰਿਤਪਾਲ ਸਿੰਘ ਨੂੰ ਬਰਖਾਸਤ ਕਰ ਦਿੱਤਾ ਸੀ ਤੇ ਉਸ ਦੇ ਖਿਲਾਫ ਮਾਮਲਾ ਵੀ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਅੰਮ੍ਰਿਤਸਰ ਜੇਲ੍ਹ ਚ ਬੰਦ ਸੀ ਪ੍ਰਿਤਪਾਲ ਸਿੰਘ ਔਰ ਪ੍ਰਿਤਪਾਲ ਸਿੰਘ ਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਜ਼ਮਾਨਤ ਦੇ ਲਈ ਅਰਜੀ ਦਾਇਰ ਕੀਤੀ ਗਈ ਸੀ ਔਰ ਉਸ ਨੂੰ ਹੁਣ 25 ਜਨਵਰੀ ਤੱਕ ਰਾਹਤ ਮਿਲੀ ਹੈ ਜ਼ਮਾਨਤ ਮਿਲੀ ਹੈ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਹਾਲੇ ਫਿਲਹਾਲ ਦੀ ਘੜੀ ਥੋੜੀ ਬਹੁਤ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਜਾਂ ਇਸ ਅਦਾਲਤੀ ਪ੍ਰਕਿਰਿਆ ਦੇ ਦੌਰਾਨ ਹਾਲਾਂਕਿ ਭਾਵੇਂ ਕਾਨੂੰਨ ਦਾ ਸਹਾਰਾ ਲੈ ਕੇ ਰਾਹਤ ਮਿਲੀ ਹੈ ਪਰ ਇਸ ਮਸਲੇ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਮਾਪੇ ਤੇ ਸਿੱਧੂ ਮੂਸੇਵਾਲੇ ਦੇ ਜਿਹੜੇ ਪ੍ਰਸ਼ੰਸਕ ਨੇ ਉਹ ਜ਼ਰੂਰ ਪਰੇਸ਼ਾਨ ਤੇ ਹੈਰਾਨ ਹੋਣਗੇ ਕਿ ਇੱਕ ਪਾਸੇ ਜਿਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਦੇ ਖਿਲਾਫ ਉਨੀ ਤੇਜ਼ੀ ਨਾਲ ਕਾਰਵਾਈ ਸ਼ਾਇਦ ਨਹੀਂ ਹੋ ਰਹੀ ਜਿਸ ਕਰਕੇ ਲਗਾਤਾਰ ਉਹਨਾਂ ਵੱਲੋਂ ਸਵਾਲ ਵੀ ਚੁੱਕੇ ਜਾਂਦੇ ਨੇ ਪਰ ਦੂਜੇ ਪਾਸੇ ਜਿਹੜੇ ਮੁਲਜ਼ਮ ਨੇ ਅਜਿਹੇ ਗੰਭੀਰ ਮਾਮਲਿਆਂ ਦੇ ਉਹਨਾਂ ਨੂੰ ਤਾਂ ਅਦਾਲਤੀ ਰਾਹਤ ਵੀ ਛੇਤੀ ਮਿਲ ਜਾਂਦੀ ਹੈ ਇਸ ਦੇ ਬਾਰੇ ਤੁਹਾਡਾ ਨਿੱਜੀ ਤੌਰ ਤੇ ਕੀ ਸੋਚਣਾ ਹੈ ਹਾਲਾਂਕਿ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਪਰ ਕਾਨੂੰਨ ਆਪਣਾ ਕੰਮ ਕਰੇ ਉਸਦੇ ਲਈ ਫੈਕਟ ਇਕੱਠੇ ਕਰਕੇ ਪੁਲਿਸ ਦਾ ਕੰਮ ਦੇਣਾ ਹੁੰਦਾ ਕਿ ਛੇਤੀ ਜਿੰਨੇ ਦਿੱਤੇ ਜਾ ਸਕਣ ਤੇ ਦੇਖਦੇ ਆਂ ਇਸ ਮਾਪਿਆਂ ਨੂੰ ਸਿੱਧੂ ਮੂਸੇ ਵਾਲੇ ਦੇ ਨੂੰ ਔਰ ਸਿੱਧੂ ਮੂਸੇ ਵਾਲੇ ਦੇ ਪ੍ਰਸ਼ੰਸਕਾਂ ਨੂੰ ਕਿੰਨੀ ਛੇਤੀ ਅਜਿਹੇ ਕੇਸ ਦੇ ਵਿੱਚ ਤਸੱਲੀ ਹੁੰਦੀ ਹੈ ਉਹ ਦੂਸਰਾ ਪੱਖ ਹੈ ਪਰ ਇਹ ਪੱਖ ਇੱਕ ਜਿਹੜਾ ਦੀਪਕ ਟੀਨੂ ਨੂੰ ਭਜਾਉਣ ਵਾਲਾ ਸਬ ਇੰਸਪੈਕਟਰ ਜਿਸ ਤੇ ਦੋਸ਼ ਲੱਗੇ ਸਨ ਪੁਲਿਸ ਨੇ ਬਰਖਾਸਤ ਵੀ ਕੀਤਾ ਕੇਸ ਵੀ ਦਰਜ ਕੀਤਾ ਉਸ ਨੂੰ ਹਾਲ ਦੀ ਘੜੀ ਰਾਹਤ ਜ਼ਰੂਰ ਮਿਲੀ ਹੈ ਫਿਲਹਾਲ ਕੋਈ ਹੋਰ ਅਪਡੇਟ ਜਦ ਤੱਕ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ